ਤੋਂ ਅਕਾਲੀ ਦਲ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੰਗੀ ਗਈ ਕਿ ਉਹ ਮਾਫੀ ਨਹੀਂ? ਅਸੀਂ ਸਾਰੀ ਕੌਮ ਕੋਲੋਂ ਮਾਫੀ ਮੰਗਣੀ ਹੈ। ਉਹ ਜਿਹੜੀ ਕੌਮ ਕੋਲ ਮਾਫੀ ਮੰਗਣੀ ਹੁੰਦੀ ਉਹਦੀ ਇੱਕ ਵਿਧੀ ਵਿਧਾਨ ਹੈ। ਮਾਫੀ ਤਾਂ ਅਸੀਂ ਸਾਰੇ ਗੁਰਦੁਆਰੇ 'ਚ ਜਾ ਕੇ ਮੰਗਦੇ ਹਾਂ, ਕੋਈ ਅਖੰਡ ਪਾਠ ਕਰਾਉਂਦੇ ਉੱਥੇ ਵੀ ਮੰਗਦੇ ਹਾਂ, ਅਸੀਂ ਕਿਸੇ ਨਾ ਕਿਸੇ ਫੰਕਸ਼ਨ 'ਤੇ ਹੋਈ ਉੱਥੇ ਵੀ ਮੰਗਦੇ ਹਾਂ। ਤੁਸੀਂ ਸ਼ਰਤਾਂ ਵੀ ਰੱਖੀਆਂ ਸੀ ਕਿ ਜਦੋਂ ਤੱਕ ਇਹ ਚੀਜ਼ਾਂ ਨਹੀਂ ਠੀਕ ਹੁੰਦੀਆਂ ਮੈਂ ਘਰ ਵਾਪਸੀ ਨਹੀਂ ਕਰਾਂਗੀ, ਤੁਹਾਡੇ ਘਰ ਆ ਜਾਂਦੇ ਨੇ ਉਹ ਤੁਹਾਨੂੰ ਮਨਾਉਣ ਵਾਸਤੇ, ਫਿਰ ਕਿਉਂ ਤੁਸੀਂ ਚਲੇ ਗਏ, ਕਿਉਂ ਨਹੀਂ ਤੁਸੀਂ ਆਪਣੇ ਸਟੈਂਡ 'ਤੇ ਕਾਇਮ? ਬੀਬੀ ਇਸਤਰੀ ਵਿੰਗ ਦੀ ਪ੍ਰਧਾਨਗੀ ਲੈਣਾ ਚਾਹੁੰਦੇ ਨੇ, ਐਸ ਜੀ ਪੀ ਸੀ ਦੀ ਪ੍ਰਧਾਨਗੀ ਲੈਣਾ ਚਾਹੁੰਦੇ, ਇਸ ਕਰਕੇ ਕਹਿੰਦੇ ਕਿ ਆ ਸਾਰੀ ਬਗਾਵਤ ਤੱਕ ਕਿ ਨਾ ਹਰਸਿਮਰਤ ਦੀ ਗੱਲ ਨੂੰ ਬੜਾ ਸੀਰੀਅਸ ਨਾਲ ਲਿਆ ਕਰੋ। ਹੁਣ ਉਹਨਾਂ ਦੇ ਵਿਚਾਰੇ ਨੇ ਕੋਈ ਭਾਸ਼ਣ ਪੂਰਾ ਕਰਨਾ ਹੁੰਦਾ, ਅਕਸਰ ਦਿੱਲੀ ਦੀਆਂ ਬਾਹਰ ਪੌੜੀਆਂ 'ਤੇ ਖੜੀ ਹੁੰਦੀ ਹੈ। ਬੀਬੀ ਜਗੀਰ ਕੌਰ ਉਹਨਾਂ ਨੇ ਵੱਡੀ ਗੱਲ ਕਹੀ ਹੈ, ਵੱਡੇ ਇਲਜ਼ਾਮ ਲਗਾਏ ਨੇ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਹਿੰਦੇ ਜੋ ਅਕਾਲ ਤਖ਼ਤ ਸਾਹਿਬ ਦੇ ਉੱਤੇ ਮਾਫ਼ੀ ਮੰਗੀ ਸੀ ਉਹ ਮਾਫ਼ੀ ਨਹੀਂ ਸੀ, ਉਹ ਇੱਕ ਗਲਤ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਸਿਰਫ ਆਪ ਹੀ ਜਾ ਕੇ ਸਰਕਾਰ ਦੀਆਂ ਗੱਲਾਂ ਕਰ ਦਿੱਤੀਆਂ ਗਈਆਂ, ਸਰਕਾਰ ਦੇ ਬਾਰੇ ਜੋ ਹੈ ਉਹ ਗੱਲਾਂ ਸੁਣਾ ਦਿੱਤੀਆਂ ਗਈਆਂ। ਬੀਬੀ ਜਗੀਰ ਕੌਰ ਹੋਣੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਬੀਬੀ ਜੀ ਕੀ ਹੁੰਦੀ ਹੈ ਮਾਫ਼ੀ, ਕੀ ਹੁੰਦੀ ਹੈ, ਔਰ ਜੋ ਉਦੋਂ ਅਕਾਲੀ ਦਲ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੰਗੀ ਗਈ ਕਿ ਉਹ ਮਾਫ਼ੀ ਨਹੀਂ? ਦੇਖੋ, ਸ਼੍ਰੀ ਅਕਾਲ ਤਖ਼ਤ ਸਾਹਿਬ ਜੀ 'ਤੇ ਜਾ ਕੇ ਫਰਿਆਦ ਕਰਨਾ, ਮਾਫ਼ੀ ਮੰਗਣਾ, ਉਹਦਾ ਇੱਕ ਸਿਧਾਂਤ ਵੀ ਹੈ, ਵਿਧੀ ਵਿਧਾਨ ਵੀ ਹੈ, ਉਹਦੀ ਮਰਿਆਦਾ ਵੀ ਹੈ, ਕਿਉਂਕਿ ਕੌਮ ਨੂੰ ਉੱਥੋਂ ਸੇਧ ਦੇਣੀ ਹੁੰਦੀ ਹੈ। ਉੱਥੇ ਜਾ ਕੇ ਜਿਹੜਾ ਕੋਈ ਮਨ ਲੱਗ ਉਹਨੂੰ ਲੱਗਦਾ ਕਿ ਸਾਡੀਆਂ ਕੁਝ ਕੰਮਾਂ ਕਰਕੇ, ਸਾਡੀ ਕਾਰਵਾਈ ਕਰਕੇ ਕੌਮ ਨੂੰ ਪੀੜਾ ਹੋਈ ਹੈ, ਤਾਂ ਅਸੀਂ ਸਾਰੀ ਕੌਮ ਕੋਲੋਂ ਮਾਫ਼ੀ ਮੰਗਣੀ ਹੈ। ਉਹ ਜਿਹੜੀ ਕੌਮ ਕੋਲ ਮਾਫ਼ੀ ਮੰਗਣੀ ਹੁੰਦੀ ਉਹਦੀ ਇੱਕ ਵਿਧੀ ਵਿਧਾਨ ਹੈ ਕਿ ਪਹਿਲਾਂ ਚਿੱਠੀ ਲਿਖ ਕੇ ਜਾਣਾ ਹੁੰਦਾ ਉਹਦੇ ਦਫ਼ਤਰ ਦੇ ਵਿੱਚ, ਜਾ ਕੇ ਉਹ ਫੜਾਉਣੀ ਹੁੰਦੀ ਹੈ ਕਿ ਅਸੀਂ ਜੀ ਤੁਹਾਡੇ ਕੋਲ ਮਾਫ਼ੀ ਮੰਗਣੀ ਹੈ, ਸਾਨੂੰ ਹੁਕਮ ਕਰੋ, ਟਾਈਮ ਦਿਓ। ਫਿਰ ਉਹ ਪੰਜ ਸਿੰਘ ਸਮਾਨ ਇਕੱਠੇ ਹੁੰਦੇ ਆ, ਉਹ ਚਿੱਠੀ ਦੇ ਉੱਤੇ ਵਿਚਾਰ ਚਰਚਾ ਹੁੰਦੀ ਹੈ, ਜਿੰਨਾ ਕੁ ਉਹਦੇ 'ਚ ਦੋਸ਼ ਪਾਇਆ ਜਾਂਦਾ ਫਿਰ ਉਹ ਬੁਲਾਉਂਦੇ ਆ ਸਪਸ਼ਟੀਕਰਨ ਕਰਨ ਵਾਸਤੇ ਵੀ ਉਹ ਆਪਣੀ ਤੁਸੀਂ ਸਪਸ਼ਟ ਕਰ ਦਿਓ। ਫਿਰ ਜਿਹੜਾ ਜਿਹੜਾ ਦੋਸ਼ ਜਿੰਨਾ ਕੁ ਤੈਅ ਹੋਏਗਾ ਉਹ ਉਹਨੂੰ ਦੱਸਦੇ ਆ ਵੀ ਤੇਰਾ ਇੰਨਾ ਕੁ ਦੋਸ਼ ਹੈ, ਫਿਰ ਉਹ ਕਹਿੰਦੇ ਤੁਹਾਨੂੰ ਸਜ਼ਾ ਸੇਵਾ ਲਾਈ ਜਾਏਗੀ, ਉਹ ਕਹਿੰਦੇ ਸਾਨੂੰ ਪ੍ਰਵਾਨ ਹੈ। ਫਿਰ ਜਾ ਕੇ ਤਖ਼ਤ 'ਤੇ ਉਹ ਖਲੋਂਦੇ ਆ ਪੰਜੇ, ਅਤੇ ਆਪ ਜਿਹੜਾ ਹੁੰਦਾ ਸਾਡੇ ਵਰਗੇ ਜਿਹੜੇ ਖੇਮਾ ਜਾਚਨਾ ਕਰਨ ਜਾਂਦੇ ਆ ਉਹ ਥੱਲੇ ਖਲੋਣੇ ਹੁੰਦੇ ਆ, ਉਹਨਾਂ ਨੇ ਕਹਿਣਾ ਕਿ ਜੋ ਤੁਹਾਨੂੰ ਸੇਵਾ ਸੁਣਾਈ ਜਾਏਗੀ ਤੁਹਾਡੇ ਦੋਸ਼ ਜਿਹੜੇ ਇੱਥੇ ਬੋਲੇ ਜਾਣਗੇ ਤੁਸੀਂ ਸੁਣਨੇ ਇੱਕ ਇੱਕ ਕਰਕੇ, ਉਹਨਾਂ ਨੇ ਸੱਤ ਬਚਨ ਕਹੀ ਜਾਣ। ਜਦੋਂ ਫਿਰ ਉਹਨਾਂ ਕਹਿਣਾ ਕਿ ਹੁਣ ਤੁਹਾਨੂੰ ਸੇਵਾ ਲਾਈ ਜਾਏਗੀ, ਪ੍ਰਵਾਨ ਹੈ? ਪ੍ਰਵਾਨ ਹੈ ਜੀ। ਫਿਰ ਉਹ ਬੋਲਦਿਆਂ ਨਹੀਂ ਤਾਂ ਸੇਵਾ ਲੈ ਕੇ ਘਰ ਚੱਲ ਜਾਣਾ। ਉਸ ਦਿਨ ਕੀ ਹੁੰਦਾ ਜਦੋਂ ਸੁਖਬੀਰ ਸਿੰਘ ਬਾਦਲ ਜਾਂਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਮਾਫ਼ੀ ਮੰਗ ਰਹੇ ਹਾਂ, ਤਾਂ ਉਹਨਾਂ ਦੇ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਉੱਤੇ ਮਾਫ਼ੀ ਨਹੀਂ ਮੰਗੀ? ਮੈਂ ਤਾਂ ਉਸੇ ਦਿਨ ਹੀ ਕਹਿਤਾ ਸੀਗਾ ਜੀ ਵੀ ਗਲਤ ਹੈ, ਮਾਫ਼ੀ ਤਾਂ ਅਸੀਂ ਸਾਰੇ ਗੁਰਦੁਆਰੇ 'ਚ ਜਾ ਕੇ ਮੰਗਦੇ ਹਾਂ, ਕੋਈ ਅਖੰਡ ਪਾਠ ਕਰਾਉਂਦੇ ਉੱਥੇ ਵੀ ਮੰਗਦੇ ਹਾਂ, ਅਸੀਂ ਕਿਸੇ ਨਾ ਕਿਸੇ ਫੰਕਸ਼ਨ 'ਤੇ ਹੋਈ ਉੱਥੇ ਵੀ ਮੰਗਦੇ ਹਾਂ। ਉਹਨਾਂ ਨੇ ਉਹ ਸਾਰਾ ਸਮਾਗਮ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਦੇ, ਉੱਥੇ ਉਹਨਾਂ ਨੇ ਕਿਹਾ ਕਿ ਜੇ ਸਾਡੇ ਕੋਲ ਜਾਣੇ ਅਣਜਾਣੇ ਕੋਈ ਸੇਵਾ ਕਰਦਿਆਂ ਜਾਂ ਕਾਰਵਾਈ ਕਰਦਿਆਂ ਜਾਂ ਕੰਮ ਕਰਦਿਆਂ ਗਲਤੀਆਂ ਹੋਈਆਂ ਹੋਣ ਤਾਂ ਮੈਂ ਮਾਫ਼ੀ ਚਾਹੁੰਦਾ। ਸਾਲ ਕਿਉਂ ਲੱਗ ਗਏ ਰਿਲਾਈਜ਼ ਕਰਦੇ ਕਰਦੇ, ਔਰ ਅੱਜ ਤੁਸੀਂ ਕਿਉਂ ਉਹਦਾ ਜ਼ਿਕਰ ਕਰ ਰਹੇ ਹੋ, ਉਦੋਂ ਕਿਉਂ ਨਹੀਂ ਤੁਸੀਂ ਇਹ ਜ਼ਿਕਰ ਕੀਤਾ ਕਿ ਨਹੀਂ ਜਨਤਕ ਤੌਰ ਦੇ ਉੱਤੇ ਤੁਸੀਂ ਕਿਉਂ ਨਹੀਂ ਕਿਹਾ ਕਿ ਗੁਰੂ ਮਤੀ ਮਰਿਆਦਾ ਦੀ ਭੰਗ ਹੋਈ ਹੈ? ਬਿਲਕੁਲ ਕਿਹਾ ਉਸੇ ਦਿਨ ਹੀ, ਮੈਨੂੰ ਤਾਂ ਸਾਰੇ ਪੁੱਛਣ ਲੱਗ ਪਏ ਅਤੇ ਮੈਂ ਉਸੇ ਵੇਲੇ ਕਿਹਾ ਸੀ, ਅਤੇ ਸਗਾਂ ਉਹਨਾਂ ਨੇ ਗੁੱਸਾ ਵੀ ਕੀਤਾ ਕਿ ਬੀਬੀ ਨੇ ਸਾਰੇ ਇਕੱਲੇ ਬੋਲੀ ਬਾਕੀ ਸਾਰੀ ਦੋਨੇ ਪ੍ਰਵਾਨ ਕਰ ਦੀ। ਮੈਂ ਕਿਹਾ ਬੀਬੀ ਨੂੰ ਜਾਣਦੀ ਹੈ ਬੀਬੀ, ਗੁਰਮਤ ਵਾਲਾ ਕੋਈ ਨਹੀਂ ਪ੍ਰਵਾਨ ਕਰੇਗਾ, ਦੂਜੇ ਪ੍ਰਵਾਨ ਕਰਨਗੇ, ਤੁਹਾਡੇ ਵਰਗੇ ਵੀ ਕਹਿੰਦੇ ਮਾਫ਼ੀ ਤੁਹਾਨੂੰ ਮੰਗ ਲਈ। ਮੈਂ ਕਹਿੰਦੀ ਸੀ ਗਲਤ ਹੈ, ਇੱਕ ਭਾਉ ਲੱਥਾ ਨਾਤੇ ਆ, ਦੋ ਭਾਉ ਚੜ ਗਏ ਹੋਰ, ਆਹ ਵਿਧੀ ਵਿਧਾਨ ਚੇਂਜ ਨਹੀਂ ਕੀਤੀ ਜਾ ਸਕਦੀ। ਜਦੋਂ ਇੰਨਾ ਕੁਝ ਸੀ ਤੁਸੀਂ ਸ਼ਰਤਾਂ ਵੀ ਰੱਖੀਆਂ ਸੀ ਕਿ ਜਦੋਂ ਤੱਕ ਇਹ ਚੀਜ਼ਾਂ ਨਹੀਂ ਠੀਕ ਹੁੰਦੀਆਂ ਮੈਂ ਘਰ ਵਾਪਸੀ ਨਹੀਂ ਕਰਾਂਗੀ, ਤੁਹਾਡੇ ਘਰ ਆ ਜਾਂਦੇ ਨੇ ਉਹ ਤੁਹਾਨੂੰ ਮਨਾਉਣ ਵਾਸਤੇ, ਫਿਰ ਕਿਉਂ ਤੁਸੀਂ ਚਲੇ ਗਏ, ਕਿਉਂ ਨਹੀਂ ਤੁਸੀਂ ਆਪਣੇ ਸਟੈਂਡ 'ਤੇ ਕਾਇਮ? ਘਰ ਆਏ, ਚੋਣਾਂ ਆ ਗਈਆਂ, ਫਿਰ ਜੇ ਮੈਂ ਉਸ ਵੇਲੇ ਨਾ ਚੋਣਾਂ ਲਈ ਕੰਮ ਕਰਦੀ, ਕਿਉਂਕਿ ਮੈਂ ਅਕਾਲੀ ਦਲ ਹੀ ਕੰਮ ਕਰਨਾ ਨਾ, ਜੇ ਮੈਂ ਕੋਰ ਕਮੇਟੀ ਦੋਵਾਂ 'ਚ ਆਈ ਹਾਂ, ਦੋਵਾਂ 'ਚ ਮੈਂ ਆਪਣੀਆਂ ਸਾਰੀਆਂ ਭਾਵਨਾਵਾਂ ਦੱਸੀਆਂ, ਔਰ ਜਿੰਨੀਆਂ ਵੀ ਗੱਲਾਂ ਸੀ ਮੈਂ
ਕੱਟ ਵੀ ਕੀਤੀਆਂ ਜਿਹੜੀਆਂ ਗਲਤ ਸੀਗੀਆਂ ਅਤੇ ਦੂਜੀਆਂ ਪ੍ਰਵਾਨ ਵੀ ਕੀਤੀਆਂ। ਬਾਕੀ ਇਹ ਦੋ ਤਿੰਨ ਮਹੀਨੇ 'ਚ ਜਦੋਂ ਮੈਂ ਦੇਖਿਆ ਕਿ ਜਿਹੜੀਆਂ ਅਸੀਂ ਗੱਲਾਂ ਕਰਦੇ ਫਿਰ ਸੁਭਾਅ ਉਸੇ ਤਰ੍ਹਾਂ ਦਾ ਹੀ ਹੈ, ਫਿਰ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਨੀ, ਅਸੀਂ ਕਿਸੇ ਬੰਦੇ ਦੀ ਕਿਉਂ ਕਰੀਏ। ਬੀਬੀ ਇਸਤਰੀ ਵਿੰਗ ਦੀ ਪ੍ਰਧਾਨਗੀ ਲੈਣਾ ਚਾਹੁੰਦੇ ਨੇ, SGPC ਦੀ ਪ੍ਰਧਾਨਗੀ ਲੈਣਾ ਚਾਹੁੰਦੇ, ਇਸ ਕਰਕੇ ਕਹਿੰਦੇ ਕਿ ਆਹ ਸਾਰੀ ਬਗਾਵਤਾਂ ਕਰ ਰਹੇ ਨੇ। ਚਲੋ ਜੀ, ਅੱਗੇ ਮੈਂ ਦੇਤੀਆਂ ਬੜੀ ਵਾਰੀ ਤੁਹਾਡੇ ਕੋਲ ਇਸਤਰੀ ਵਿੰਗ ਦੀ ਪ੍ਰਧਾਨਗੀ ਸੀ ਕਰਕੇ ਦੇਖ ਲਈ ਹੈ। ਸਾਰੀਆਂ ਜਿਹੜੀਆਂ ਇਸਤਰੀਆਂ ਨੇ ਅੱਜ ਮੇਰੀਆਂ ਟ੍ਰੇਨ ਨੇ, ਜਿੰਨੀਆਂ ਕੰਮ ਕਰਦੀਆਂ ਮੈਂ, ਉਹਨੇ ਤਾਂ ਅਜੇ ਇੱਕ ਵਾਰੀ ਟ੍ਰੇਨ ਕੀਤੀ ਜਿਹਨੂੰ ਲਾਈ ਹੈ। ਮੈਨੂੰ ਕੋਈ ਲੋੜ ਨਹੀਂ ਜੀ, ਨਾ ਮੈਂ ਤਾਂ ਅੱਜ ਵੀ ਇਹਨਾਂ ਨੂੰ ਕਿਹਾ ਮੈਨੂੰ ਕੋਈ ਅਹੁਦੇ ਦੀ ਲੋੜ ਨਹੀਂ, ਕਿਸੇ ਕਿਸਮ ਦੀ ਪਦਵੀ ਦੀ ਲੋੜ ਨਹੀਂ, ਤੁਸੀਂ ਪਾਰਟੀ ਲਈ ਕੰਮ ਕਰਨਾ। ਇਸਤਰੀ ਵਿੰਗ ਦੀ ਜਿਹੜੀ ਤੁਸੀਂ ਪ੍ਰਧਾਨਗੀ ਦੀ ਜ਼ਿਕਰ ਕੀਤਾ ਕਿ ਤੁਹਾਨੂੰ ਨਹੀਂ ਚਾਹੀਦੀ, ਹਰਸਿਮਰਤ ਬਾਦਲ ਕਹਿੰਦੇ ਕਿ ਤੁਸੀਂ ਸਿੱਧੇ ਸਾਰੇ ਜਿੰਨੇ ਵੀ ਬੰਦੇ ਹੈਗੇ ਹੋ ਸਾਰੇ ਤੁਸੀਂ RSS BJP ਦੀ ਸਾਜਿਸ਼ਾਂ ਦੇ ਉੱਤੇ ਕੰਮ। ਤੁਸੀਂ ਨਾ ਹਰਸਿਮਰਤ ਦੀ ਗੱਲ ਨੂੰ ਬੜਾ ਸੀਰੀਅਸ ਨਾਲ ਲਿਆ ਕਰੋ। ਹੁਣ ਉਹਨਾਂ ਦੇ ਵਿਚਾਰੇ ਨਾਲ ਕੋਈ ਪਾਸ਼ਨ ਪੂਰਾ ਕਰਨਾ ਹੁੰਦਾ, ਅਕਸਰ ਦਿੱਲੀ ਦੀਆਂ ਬਾਹਰ ਪੌੜੀਆਂ 'ਤੇ ਖੜੀ ਹੁੰਦੀ ਹੈ, ਮਾੜਾ ਮੋਟਾ ਅਤੇ ਤੁਹਾਡੇ ਆ ਚੈਨਲ ਵੀ ਚਲਾਉਣੇ ਹੁੰਦੇ ਸੀ। ਕਿਸ ਦੀ ਸੀਰੀਅਸ ਲਿਆ ਕਰੀਏ, ਕਿਸ ਦੀ ਹਰਸਿਮਰਤ ਦੀ ਲਿਆ ਕਰੀਏ, ਸੁਖਬੀਰ ਉਹਨਾਂ ਦੀ ਕੌਮ ਦੀ ਲਓ, ਸ਼੍ਰੋਮਣੀ ਅਕਾਲੀ ਦਲ ਦੀ ਲਓ। ਤਾਂ ਬਿਲਕੁਲ ਬੀਬੀ ਜਗੀਰ ਕੌਰ ਹੋਣੀ ਜਿਹੜੇ ਨੇ ਉਹ ਇਸ ਵੇਲੇ ਮੀਟਿੰਗ ਦੇ ਵਿੱਚ ਪਹੁੰਚੇ ਸੀ, ਔਰ ਮੀਟਿੰਗ ਦੇ ਵਿੱਚ ਪਹੁੰਚਣ ਤੋਂ ਬਾਅਦ ਕਿਹਾ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਜਿਹੜੀ ਮਾਫ਼ੀ ਮੰਗੀ ਸੀ ਉਹ ਮਾਫ਼ੀ ਵਿਧੀ ਦੇ ਅਨੁਸਾਰ ਨਹੀਂ ਸੀ, ਉਹ ਮਾਫ਼ੀ ਜਿਹੜੀ ਹੈ ਉਹ ਉਹਨਾਂ ਦੇ ਵੱਲੋਂ ਇੱਕ ਨੋਰਮਲ ਜਿਹੜੀ ਆਮ ਦਿਨਾਂ ਦੇ ਵਿੱਚ ਕਹਿੰਦੇ ਅਸੀਂ ਮਾਫ਼ੀਆਂ ਮੰਗ ਲੈਂਦੇ ਹਾਂ, ਉਸ ਤਰੀਕੇ ਦੀ ਮਾਫ਼ੀ ਉਹਨਾਂ ਦੇ ਵੱਲੋਂ ਮੰਗੀ ਗਈ ਸੀ। ਕੈਮਰਾ ਪਰਸਨ ਦਵਿੰਦਰਾ, ਗਗਨਦੀਪ ਸਿੰਘ, ਪ੍ਰੋ ਪੰਜਾਬ TV।